ਸਤਿ ਸ਼੍ਰੀ ਅਕਾਲ ਜੀ। ਜਿਵੇਂ ਕਿ ਤੁਹਾਨੂੰ ਪਤਾ ਕਿ ਸਾਡੇ ਨਾਲ ਹਮੇਸ਼ਾ ਸਾਡੇ ਵਧੀਆ ਸਿੰਗਰ ਰਾਮ ਮਟਰੀ ਜੀ ਹੁੰਦੇ ਨੇ ਅਤੇ ਉਹ ਤੁਹਾਨੂੰ ਗਾਣੇ ਸੁਣਾ ਚੁੱਕੇ ਨੇ ਕਦੀ ਮੁੰਡੇ 'ਤੇ, ਕੁੜੀ 'ਤੇ, ਮਜ਼ਾਕ 'ਤੇ, ਹਾਸਿਆਂ 'ਤੇ। ਪਰ ਇੱਕ ਇਹੋ ਜਿਹਾ ਟੋਪਿਕ ਅੱਜ ਛੇੜਿਆ ਜਿਹਦੀ ਪੰਜਾਬ 'ਚ ਬਹੁਤ ਲੋੜ ਹੈ ਅਤੇ ਇੱਕ ਸੱਚਾਈ ਵੀ ਆ, ਜਿਹਨੂੰ ਕਿ ਸੱਤਵਾਂ ਦਰਿਆ ਨਸ਼ੇ ਦਾ ਕਿਹਾ ਜਾਂਦਾ। ਅਤੇ ਰਾਮ ਮਟੂ ਜੀ ਨੇ ਇੱਕ ਅਪੀਲ ਵੀ ਕੀਤੀ ਹੈ, ਰਿਕੁਐਸਟ ਵੀ ਕੀਤੀ ਹੈ ਇਸ ਗਾਣੇ ਵਿੱਚ, ਅਤੇ ਉਹ ਕੀ ਕਹਿੰਦੇ ਨੇ ਤੁਸੀਂ ਖੁਦ ਸੁਣੋ। ਹੋਏ ਸੀ ਨਸ਼ੇ ਦੀ ਇੱਕ ਲਹਿਰ ਉੱਠੀ, ਉਹ ਜਿਹੜੀ ਚਿਹਰਿਆਂ ਤੋਂ ਲੁੱਟ ਨੂਰ ਲੈ ਗਈ। ਹੋਈ ਉਮਰ ਨਸ਼ੇ ਦੀ ਦਿਨੋ ਦਿਨ ਜਾਵੇ ਵੱਧਦੀ, ਤੇ ਖਾਣ ਵਾਲਿਆਂ ਨੂੰ ਜੱਗ ਤੋਂ ਦੂਰ ਲੈ ਗਈ। ਉਹ ਰੋਕ ਲੋ ਉਹ ਮੇਰੇ ਦੇਸ਼ ਵਾਸੀਓ, ਇਹ ਜੋ ਨਸ਼ਿਆਂ ਦਾ ਵਗਦਾ ਦਰਿਆ, ਰੋਕ ਲੋ ਉਹ ਮੇਰੇ ਦੇਸ਼ ਵਾਸੀਓ, ਇਹ ਜੋ ਨਸ਼ਿਆਂ ਦਾ ਵਗਦਾ ਦਰਿਆ। ਨਹੀਂ ਤਾਂ ਜਿੰਦਾਂ ਦਿਨੋ ਦਿਨ ਪੈਣੀਆਂ, ਨਹੀਂ ਤਾਂ ਜਾਨਾਂ ਦਿਨੋ ਦਿਨ ਪੈਣੀਆਂ, ਆਣੇ ਆਈ ਮੌਤ ਵਾਲੇ ਰਾ, ਰੋਕ ਲੋ ਹੋ ਰੋਕ ਲੋ ਮੇਰੇ ਦੇਸ਼ ਵਾਸੀਓ, ਇਹ ਜੋ ਨਸ਼ਿਆਂ ਦਾ ਵਗਦਾ ਦਰਿਆ, ਰੋਕ ਲੋ ਮੇਰੇ ਦੇਸ਼ ਵਾਸੀਓ, ਇਹ ਜੋ ਨਸ਼ਿਆਂ ਦਾ ਵਗਦਾ ਦਰਿਆ। ਹੋਏ ਆਪਣੇ ਪਰਾਏ ਦੀ ਵੀ ਰਹੀ ਨਾ ਪਛਾਣ ਮਤ, ਨਸ਼ੇ ਨੇ ਹੈ ਮਾਰੀ ਇਨਸਾਨ ਦੀ ਮਤ, ਨਸ਼ੇ ਨੇ ਹੈ ਮਾਰੀ ਇਨਸਾਨ ਦੀ। ਬੱਚੇ ਬੁੱਢੇ ਨੌਜਵਾਨ ਨਸ਼ਿਆਂ ਦੇ ਵੱਸ ਪੈ ਕੇ, ਮਾੜੇ ਕੰਮੀ ਹੋਏ ਗਲਤਾਨ ਜੀ, ਮਾੜੇ ਕੰਮੀ ਹੋਏ ਗਲਤਾਨ ਜੀ। ਤਾਂਯੋ ਅਖਬਾਰਾਂ ਦੀਆਂ ਸੁਰਖੀਆਂ ਚਿੰਤ, ਤਾਂਯੋ ਅਖਬਾਰਾਂ ਦੀਆਂ ਸੁਰਖੀਆਂ ਚਿੰਤ, ਰਿਹਾ ਜਬਰ ਜ਼ੁਲਮ ਵਧਿਆ, ਰੋਕ ਲੋ ਰੋਕ ਲੋ ਉਹ ਮੇਰੇ ਦੇਸ਼ ਵਾਸੀਓ, ਇਹ ਜੋ ਨਸ਼ਿਆਂ ਦਾ ਵਗਦਾ ਦਰਿਆ, ਰੋਕ ਲੋ ਮੇਰੇ ਦੇਸ਼ ਵਾਸੀਓ, ਇਹ ਜੋ ਨਸ਼ਿਆਂ ਦਾ ਵਗਦਾ ਦਰਿਆ। ਉਹ ਦਿਓ ਦੁਰਸੀਸਾਂ ਪਵੇ ਕਈ ਕੁਲਾਂ ਕੋੜ, ਜਿਹਨੇ ਆਮਦ ਨਸ਼ੇ ਦੀ ਕੀਤੀ ਜੱਗ ਤੇ, ਜਿਹਨੇ ਆਮਦ ਨਸ਼ੇ ਦੀ ਕੀਤੀ ਜੱਗ ਤੇ। ਖੌਰੇ ਕਿੰਨੇ ਮਾਪੇ ਕਿਤੇ ਪੁੱਤਰਾਂ ਤੋਂ ਬਾਂਝੇ, ਨਾ ਨਸ਼ਿਆਂ ਦੀ ਤੇਜ ਮੱਚੀ ਅੱਗ ਨੇ, ਇਸ ਨਸ਼ਿਆਂ ਦੀ ਤੇਜ ਮੱਚੀ ਅੱਗ ਨੇ। ਸੋਨੇ ਦੀ ਚਿੜੀ ਦਾ ਜਿਹਨੂੰ ਮਿਲਿਆ ਖਿਤਾਬ ਕਦੇ, ਸੋਨੇ ਦੀ ਚਿੜੀ ਦਾ ਜਿਹਨੂੰ ਮਿਲਿਆ ਖਿਤਾਬ, ਜਾਵੇ ਬਣਦਾ ਪੰਜਾਬ ਕਾਲਾ ਕਾਂ, ਰੋਕ ਲਓ ਰੋਕ ਲਓ ਉਹ ਮੇਰੇ ਦੇਸ਼ ਵਾਸੀਓ, ਇਹ ਜੋ ਨਸ਼ਿਆਂ ਦਾ ਵਗਦਾ ਦਰਿਆ, ਰੋਕ ਲਓ ਉਹ ਮੇਰੇ ਦੇਸ਼ ਵਾਸੀਓ, ਇਹ ਜੋ ਨਸ਼ਿਆਂ ਦਾ ਵਗਦਾ ਦਰਿਆ। ਉਹ ਕਰੋ ਇਹ ਅਪੀਲ ਕੋਈ ਕਰੇ ਉਪਰਾਲਾ, ਸਾਡੀ ਮੌਕੇ ਦੀ ਮੌਜੂਦਾ ਸਰਕਾਰ ਬਈ, ਸਾਡੀ ਮੌਕੇ ਦੀ ਮੌਜੂਦਾ ਸਰਕਾਰ ਬਈ। ਸਭ ਨਾਲੋਂ ਪਹਿਲਾਂ ਰੋਕ ਉੱਥੇ ਜਾ ਕੇ ਲਾਵੇ ਹੁੰਦਾ, ਜਿੱਥੇ ਜਿੱਥੇ ਨਸ਼ਾ ਏ ਤਿਆਰ ਬਈ ਹੁੰਦਾ, ਜਿੱਥੇ ਜਿੱਥੇ ਨਸ਼ਾ ਏ ਤਿਆਰ ਬਈ। ਆਰ ਐਸ ਮੱਟੂ ਆਖੇ ਇੱਕ ਜੁੱਟ ਹੋ ਜੋ, ਆਰ ਐਸ ਮੱਟੂ ਆਖੇ ਇੱਕ ਜੁੱਟ ਹੋ ਜੋ, ਮੇਰੇ ਛੋਟੇ ਵੱਡੇ ਭੈਣ ਤੇ ਪਹਿਰਾ, ਰੋਕ ਲੋ
ਰੋਕ ਲਓ ਓ ਮੇਰੇ ਦੇਸ਼ ਵਾਸੀਓ, ਇਹ ਜੋ ਨਸ਼ਿਆਂ ਦਾ ਵਗਦਾ ਦਰਿਆ, ਰੋਕ ਲਓ ਓ ਮੇਰੇ ਦੇਸ਼ ਵਾਸੀਓ, ਇਹ ਜੋ ਨਸ਼ਿਆਂ ਦਾ ਵਗਦਾ ਦਰਿਆ, ਰੋਕ ਲਓ ਓ ਮੇਰੇ ਦੇਸ਼ ਵਾਸੀਓ, ਇਹ ਜੋ ਨਸ਼ਿਆਂ ਦਾ ਵਗਦਾ ਦਰਿਆ। ਸੋ ਇਹ ਸੀ ਗੀਤ ਨਸ਼ਿਆਂ ਦੇ ਉੱਤੇ, ਅਤੇ ਰਾਮ ਮੰਟੂ ਜੀ ਨੇ ਤੁਹਾਨੂੰ ਸੁਣਾਇਆ, ਤਾਂ ਤੁਹਾਨੂੰ ਕਿਵੇਂ ਲੱਗਿਆ ਜ਼ਰੂਰ ਸਾਨੂੰ ਦੱਸਿਓ ਕਮੈਂਟ ਦੇ ਵਿੱਚ, ਲਾਈਕ ਅਤੇ ਸ਼ੇਅਰ ਵੀ ਕਰ ਦਿਓ। ਅਤੇ ਰਾਮ ਮੰਟੂ ਜੀ, ਤੁਹਾਡਾ ਆਪਣਾ ਲਿਖਿਆ ਹੋਗਾ ਨਾ? ਹਾਂਜੀ ਸਰ, ਇਹ ਮੈਂ ਆਪਣਾ ਲਿਖਿਆ ਗੀਤ। ਕਿਆ ਬਾਤ ਹੈ! ਅਤੇ ਮੈਨੂੰ ਲੱਗਿਆ ਵੀ ਪੰਜਾਬ ਦੇ ਵਿੱਚ ਨਸ਼ੇ ਬਹੁਤ ਜ਼ਿਆਦਾ ਵੱਧ ਗਏ ਆ, ਬਿਲਕੁਲ ਬੁਰੇ ਹਾਲ ਹੋ ਰਹੇ ਆ, ਅਤੇ ਬੱਚੇ ਅੱਜ ਕੱਲ੍ਹ ਮਾਪਿਆਂ ਦੀ ਕਦਰ ਨਹੀਂ ਕਰ ਰਹੇ। ਜੀ ਜੀ। ਅਤੇ ਸੋ ਮੇਰੇ ਦਿਮਾਗ ਦੇ ਵਿੱਚ ਥੋਟ ਆਏ, ਅਤੇ ਫਿਰ ਮੈਂ ਲਿਖਿਆ ਅਤੇ ਅੱਜ ਤੁਹਾਡੇ ਰੂਬਰੂ ਕਰਤਾ ਜੀ। ਦੇਖੋ, ਗਾਣੇ ਨਸ਼ਿਆਂ ਦੇ ਹੋਰ ਵੀ ਬਹੁਤ ਬਣੇ ਨੇ ਅਤੇ ਬਣਦੇ ਵੀ ਆ ਰਹੇ ਨੇ, ਪਰ ਗੱਲ ਇਹ ਹੈ ਕਿ ਆਪਾਂ ਨੂੰ ਉਹ ਕਦਮ ਚੱਕਣੇ ਪੈਣਗੇ, ਲਗਾਤਾਰ ਚੱਕਦੇ ਰਹੀਏ, ਤਾਂ ਹੀ ਨਾ ਕਿਤੇ ਸੁਧਾਰ ਹੋਊਗਾ। ਜੇ ਆਪਾਂ ਹੀ ਉਹ ਉਸ ਤਰ੍ਹਾਂ ਦੇ ਗਾਣੇ ਨਹੀਂ ਬਣਾਵਾਂਗੇ ਜੋ ਆਪਣੇ ਯੰਗਸਟਰ ਨਹੀਂ ਸੁਣਨਗੇ, ਤਾਂ ਇਹ ਚੇਂਜ ਕਿਵੇਂ ਆਊਗਾ? ਸਰ, ਤੁਹਾਡੀ ਗੱਲ ਮੈਂ ਇੱਕ ਮਿੰਟ ਰੋਕਦਾ ਜੀ। ਜੀ ਜੀ। ਅਤੇ ਇਹਦੇ ਵਿੱਚ ਸਭ ਤੋਂ ਵੱਡੀ ਅਪੀਲ ਮੈਂ ਸਰਕਾਰ ਨੂੰ ਕੀਤੀ ਹੈ ਜੀ। ਜੀ ਜੀ, ਬਿਲਕੁਲ। ਤੇ ਮੌਕੇ ਦੀ ਮੌਜੂਦਾ ਸਰਕਾਰ ਕੋਈ ਵੀ ਹੈ, ਤੇ ਸਭ ਤੋਂ ਵੱਡੀ ਅਪੀਲ ਉਹਨਾਂ ਨੂੰ ਹੈ ਕਿ ਜਿੱਥੇ ਨਸ਼ਾ ਤਿਆਰ ਹੋ ਰਿਹਾ, ਜਿੱਥੇ ਨਸ਼ੇ ਦਾ ਮੁੱਢ ਬਣ ਰਿਹਾ, ਜਿੱਥੋਂ ਉੱਥੇ ਕਾਬੂ ਵੀ ਸਭ ਤੋਂ ਪਹਿਲਾਂ ਉੱਥੇ ਉਪਰਾਲਾ ਕਰਨ ਨੂੰ ਫੜਨਾ, ਤੇ ਫੇਰ ਹੀ ਨਸ਼ਾ ਅੱਗੇ ਦੁਕਾਨਾਂ ਤੇ ਸ਼ੋਪਾਂ ਤੇ ਆਣਾ ਸਪਲਾਈ। ਬਿਲਕੁਲ ਬਿਲਕੁਲ, ਜਿਹੜੀ ਜੜ ਉਹ ਫੜਾ, ਜਦੋਂ ਜੜ ਫੜੇਗੀ ਤੇ ਅੱਗੇ ਨਸ਼ਾ ਨਹੀਂ ਆਏਗਾ ਤੇ ਆਟੋਮੈਟਿਕਲੀ ਰੁਕ ਜਾਣਾ ਜੀ। ਸੋ ਇਹ ਗੀਤ ਤੁਸੀਂ ਸੁਣਿਆ, ਤੇ ਤੁਹਾਨੂੰ ਵੀ ਪਤਾ ਹੈ ਕਿ ਇਸ ਗੀਤ ਦੀ ਕਿੰਨੀ ਲੋੜ ਹੈ। ਜੇ ਤੁਹਾਨੂੰ ਵੀ ਲੱਗਦਾ ਕਿ ਇਸ 'ਚ ਦਮ ਹੈਗਾ, ਕਿ ਇਹ ਅੱਗੇ ਜਾਣਾ ਚਾਹੀਦਾ, ਤਾਂ ਇਸ ਨੂੰ ਸ਼ੇਅਰ ਜ਼ਰੂਰ ਕਰਿਓ। ਧੰਨਵਾਦ।